ਬ੍ਰਹਮਪੁਰ ਵਿੱਚ ਘਰ ਸ਼ਿਫਟ ਕੀਤਾ ਅਜੇ ਮਹੀਨਾ ਹੋਇਆ ਮੈਨੂੰ ਤੇ ਤਕਰੀਬਨ 3 ਦਿਨ ਪਹਿਲਾਂ ਮੈਂ ਘਰ ਪਹੁੰਚਿਆ ਸ਼ਾਮੀ ਤਾਂ ਮੈਨੂੰ 4 ਟਿਕਟਾਂ ਮਿਲ ਗਈਆਂ ਜੀ। 7 ਟਿਕਟਾਂ ਇੱਕੋ ਥਾਂ ਤੋਂ ਮਿਲੀਆਂ ਹੋਈਆਂ ਨੇ? ਇੱਕੋ ਥਾਂ ਤੋਂ ਜੀ, ਕੋਈ 26 ਨੰਬਰ ਹੈ, ਕੋਈ 30 ਨੰਬਰ ਹੈ, 40 ਨੰਬਰ, ਜਿਹਦੇ ਪਾਰਕ ਉਹ ਕਰਦਾ ਰਿਹਾ 1 ਤੋਂ 7 ਵਜੇ ਤੱਕ ਬੰਦਾ ਜਿਹੜਾ ਵੀ ਹੈ। ਓਕੇ, ਤੇ ਉਹਦੇ ਵਿੱਚ ਇਹ ਹੈ ਵੀ ਮੈਨੂੰ ਉਹਨਾਂ ਨੇ, ਮੈਂ ਕਿਹਾ ਤੁਸੀਂ ਮੈਨੂੰ ਆਹ ਕੈਂਸਲ ਕਰ ਦਿਓ, ਉਹਨਾਂ ਨੇ ਕੋਈ ਅਪਰੋਚ ਨਹੀਂ, ਕਹਿੰਦੇ ਅਸੀਂ ਨਹੀਂ ਕਰਨਾ, ਤੁਸੀਂ ਪੁਲਿਸ ਸਟੇਸ਼ਨ ਜਾਓ ਜੀ। ਮੈਨੂੰ ਸਾਰੇ ਕਹਿੰਦੇ ਤੂੰ ਇੱਦਾਂ ਕਰ, ਲੋਇਰ ਕਰ ਲੈ, ਤੈਨੂੰ ਲੋੜ ਨਹੀਂ। ਮੈਂ ਕਿਹਾ ਯਾਰ ਮੈਂ ਲੋਇਰ ਨੂੰ ਪੈਸੇ ਕਿੱਥੋਂ ਦੇਵਾਂ, ਅੱਗੇ ਤਨਖਾਹ ਮਿਲਦੀ, ਉਹ 'ਚ ਇੰਸਟਾਲਮੈਂਟ ਜਾਂਦੀ, ਬੜੀ ਮੁਸ਼ਕਿਲ ਹੈ। ਰੈਂਟ ਜਾਂਦਾ, ਰੈਂਟ ਇੰਨੇ ਵੱਧ ਗਏ, ਪੁੱਛਣ ਵਾਲੀ ਅੱਗੇ ਕਿੱਥੇ ਜਾਂਦਾ, 400 ਰੈਂਟ ਦਿੰਦੇ ਹੁੰਦੇ, 1500 ਰੈਂਟ ਦੇ ਗਈ ਆ ਜੀ। ਰੈਂਟ ਸਿੰਪਲ ਬੈਡਰੂਮ ਬੇਸਮੈਂਟ ਰੈਂਟ ਵੀ ਦੇਣਾ ਜੀ, ਉੱਪਰੋਂ ਗੱਡੀ ਦੀ ਇੰਸਟਾਲਮੈਂਟ, ਉੱਪਰੋਂ ਇੰਸ਼ੋਰੈਂਸ ਜੀ। ਤਾਂ ਉਹ ਕਹਿੰਦੇ ਪਤਾ ਲੱਗਾ ਵੀ ਲੂਇਸ ਹੈ, ਕੋਈ ਲੂਇਸ ਬੰਦਾ ਹੈ ਜਿਹਦੇ ਕੋਲ ਗੱਡੀ, ਤੁਸੀਂ ਉਹਨਾਂ ਨੂੰ ਪਲੇਟਾਂ ਲੈ ਕੇ ਦਿੱਤੀਆਂ। ਮੈਂ ਕਿਹਾ ਜੀ ਮੈਂ ਕਿਉਂ ਪਲੇਟਾਂ ਲੈ ਕੇ ਦੇਵਾਂਗਾ। ਹੁਣ ਇੱਕ ਅਸੀਂ ਖਬਰਾਂ ਦਾ ਸਿਲਸਿਲਾ ਫਿਲਹਾਲ ਅਸੀਂ ਇੱਥੇ ਰੋਕਦੇ ਹਾਂ ਅਤੇ ਅਸੀਂ ਇੱਕ ਕਹਾਣੀ ਸੁਣਨੀ ਹੈ। ਪ੍ਰਿਤਪਾਲ ਸਿੰਘ ਨੇ ਸਾਡੇ ਨਾਲ ਬ੍ਰੈਂਪਟਨ ਤੋਂ, ਇਹਨਾਂ ਨਾਲ ਜੋ ਕਿੱਸਾ ਹੋਇਆ ਉਹ ਬੜਾ ਅਜੀਬ ਹੈ, ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ, ਅਤੇ ਪਰ ਇਹ ਰਿਐਲਿਟੀ ਹੈ ਇੱਥੋਂ ਦੀ। ਇਹਦੇ ਬਾਰੇ ਅਸੀਂ ਇਹਨਾਂ ਦੀ ਕਹਾਣੀ ਪਹਿਲਾਂ ਸੁਣਦੇ ਹਾਂ, ਬਾਅਦ ਵਿੱਚ ਅਸੀਂ ਇਸਦੀ ਹੋਰ ਤਹਿਕੀਕਾਤ ਇਨਵੈਸਟੀਗੇਸ਼ਨ ਕਰ ਸਕਦੇ ਹਾਂ। ਅਤੇ ਪ੍ਰਿਤਪਾਲ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਅਤੇ ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਤੁਸੀਂ, ਸਤਿ ਸ਼੍ਰੀ ਅਕਾਲ ਜੀ, ਅਤੇ ਤੁਸੀਂ ਆਪਣਾ ਜੋ ਦੱਸ ਰਹੇ ਸੀ ਮੈਨੂੰ ਕਹਾਣੀ, ਕੀ ਹੋਇਆ ਤੁਹਾਡੇ ਨਾਲ, ਸ਼ੇਅਰ ਕਰੋ। ਇੱਥੇ ਮੈਂ ਇਸ ਤਰ੍ਹਾਂ ਜੀ ਆਪਣੇ ਬ੍ਰਹਮਪੁਰ ਵਿੱਚ ਘਰ ਸ਼ਿਫਟ ਕੀਤਾ, ਅਜੇ ਮਹੀਨਾ ਹੋਇਆ ਮੈਨੂੰ ਤੇ ਤਕਰੀਬਨ 3 ਦਿਨ ਪਹਿਲਾਂ ਮੈਂ ਘਰ ਪਹੁੰਚਿਆ ਸ਼ਾਮੀ ਤਾਂ ਮੈਨੂੰ 4 ਟਿਕਟਾਂ ਮਿਲ ਗਈਆਂ ਜੀ। ਤੁਸੀਂ ਮੈਂ ਪਹਿਲਾਂ ਵੀ ਬ੍ਰਹਮਪੁਰ ਰਹਿੰਦਾ ਸੀ, ਪਹਿਲਾਂ ਰਹਿੰਦਾ ਸੀ ਆਪਣੇ ਇਬਨੀਜ਼ਰ ਤੇ ਜੀ। ਅੱਛਾ, ਮਤਲਬ ਘਰ ਦੇ ਬ੍ਰੈਂਪਟਨ 'ਚ ਵੀ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਗਏ? ਹਾਂਜੀ। ਓਕੇ, ਤੇ 20 ਦਿਨ ਬਾਅਦ ਮੈਨੂੰ ਟਿਕਟ ਮਿਲ ਗਈ, ਤੇ ਉਹਦੇ ਬਾਅਦ ਮੈਂ 4 ਟਿਕਟਾਂ ਦੇਖੀਆਂ ਤਾਂ ਨਾਂ ਮੇਰਾ ਸੀ, ਐਡਰੈਸ ਮੇਰਾ ਸੀ, ਲੇਕਿਨ ਗੱਡੀ ਨੰਬਰ ਉੱਤੇ ਨੰਬਰ ਪਲੇਟ ਨਹੀਂ ਸੀਗੀ, ਉਹ C ZKA 755 ਸੀ, ਉਹ ਮੈਂ ਨਹੀਂ ਜਾਣਦਾ ਕਿਹਦੀ ਹੈ ਜੀ। ਤੇ ਆਫਟਰ ਦੈਟ ਮੈਂ ਉੱਥੇ ਰਿਚਮੰਡ ਹਿੱਲ ਅਪਰੋਚ ਕੀਤਾ ਤੇ ਉੱਥੇ ਸਟਾਫ ਬਹੁਤ ਵਧੀਆ, ਕੋਆਪਰੇਸ਼ਨ, ਉਹ ਕੋਆਪਰੇਟਿਵ ਸੀਗਾ, ਤੇ ਉਹਨਾਂ ਨੇ ਕੀ ਕੀਤਾ ਵੀ ਆਪਣੇ ਮੈਨੂੰ ਦੱਸਿਆ, ਕਹਿੰਦੇ ਵੀ ਆਹ ਗੱਡੀ ਨੰਬਰ ਆ ਆ, ਸਾਰਾ ਡਿਟੇਲ ਦਿੱਤੀ, ਤੇ ਤੁਸੀਂ ਕਹਿੰਦੇ ਉੱਥੇ ਜਾਓ ਸਰਵਿਸ ਇੰਟਰਵਿਊ ਜਾ ਕੇ ਆਓ। ਤੇ ਮੈਂ ਸਰਵਿਸ ਇੰਟਰਵਿਊ ਗਿਆ ਤੇ ਉੱਥੇ ਮੈਂ ਉਹਨਾਂ ਨੂੰ ਦਿਖਾਇਆ, ਮੈਂ ਕਿਹਾ ਵੀ ਇੱਦਾਂ ਦਾ ਟਿਕਟ ਆ ਗਈ ਆ ਗੱਡੀ ਤੋਂ, ਕਹਿੰਦੇ ਗੱਡੀ ਆ ਤੁਹਾਡੇ ਨਾਂ ਦੇ ਬੋਲਦੀ, ਮੈਂ ਕਿਹਾ ਜੀ ਤੁਸੀਂ ਸੈਵਲਟ ਗੱਡੀ ਆ, ਮੈਂ ਕਿਹਾ ਮੇਰੇ ਕੋਲ ਸੈਵਲਟ ਗੱਡੀ ਹੈ ਹੀ ਨਹੀਂ, ਮੈਂ ਤਾਂ 22 ਵਿੱਚ ਹੋਂਡਾ ਸੀ ਆਰ ਵੀ ਲਈ ਹੈ ਜੀ, ਤੇ ਮੇਰੇ ਕੋਲ ਤਾਂ ਗੱਡੀ ਹੈ ਨਹੀਂ। ਕਹਿੰਦੇ ਨਹੀਂ ਜੀ ਤੁਹਾਡੇ ਨਾਂ ਦੇ ਬੋਲਦੀ, ਤੇ ਮੈਂ ਕਿਹਾ ਤੁਸੀਂ ਇਹਨੂੰ ਡਿਸਮਿਸ ਕਰ ਦਿਓ, ਆਪੇ ਕੇਸ ਕਰੂਗਾ, ਪਤਾ ਲੱਗੂਗਾ। ਮੈਂ ਕਿਹਾ ਮੈਨੂੰ ਕੀ ਪਤਾ, ਨਾਲੇ ਉਹ ਬੈਂਸਨ ਐਵਨਿਊ ਦੇ ਜੀ ਚਲਾਨ ਹੈਗੇ ਆ, ਉੱਥੇ ਪਾਰਕਿੰਗ ਹਾਈਵੇ ਤੇ ਕੀਤੀ ਹੈ 1 ਤੋਂ 7 ਵਜੇ ਤੱਕ, ਸਿਰਫ ਬੈਂਸਨ ਐਵਨਿਊ ਤੇ ਹੀ ਹੈਗੀਆਂ 7 ਟਿਕਟਾਂ ਜੀ। 7 ਟਿਕਟਾਂ ਇੱਕੋ ਥਾਂ ਤੋਂ ਮਿਲੀਆਂ ਹੋਈਆਂ ਨੇ? ਇੱਕੋ ਥਾਂ ਤੋਂ ਜੀ, ਕੋਈ 26 ਨੰਬਰ ਹੈ, ਕੋਈ 30 ਨੰਬਰ ਹੈ, ਕਿਤੇ 40 ਨੰਬਰ, ਜਿਹਦੇ ਪਾਰਕ ਉਹ ਕਰਦਾ ਰਿਹਾ 1 ਤੋਂ 7 ਵਜੇ ਤੱਕ ਬੰਦਾ ਜਿਹੜਾ ਵੀ ਹੈ ਜੀ। ਓਕੇ, ਤੇ ਉਹਦੇ ਵਿੱਚ ਇਹ ਹੈ ਵੀ ਮੈਨੂੰ ਉਹਨਾਂ ਨੇ, ਮੈਂ ਕਿਹਾ ਤੁਸੀਂ ਮੈਨੂੰ ਆਹ ਕੈਂਸਲ ਕਰ ਦਿਓ, ਉਹਨਾਂ ਨੇ ਕੋਈ ਅਪਰੋਚ ਨਹੀਂ, ਕਹਿੰਦੇ ਅਸੀਂ ਨਹੀਂ ਕਰਨਾ, ਤੁਸੀਂ ਪੁਲਿਸ ਸਟੇਸ਼ਨ ਜਾਓ ਜੀ। ਓਕੇ, ਅਸੀਂ ਨਹੀਂ ਕੁਛ ਕਰ ਸਕਦੇ ਜੀ। ਤੇ ਮੁੜ ਕੇ ਮੈਂ ਪੁਲਿਸ ਸਟੇਸ਼ਨ ਗਿਆ ਜੀ, ਉੱਥੇ ਅਪੀਲ ਪੁਲਿਸ ਬ੍ਰਹਮਪੁਰ ਗਿਆ, ਤੇ ਉਹਨਾਂ ਨੇ ਮੈਨੂੰ ਕਹਿੰਦੇ ਆ ਸਾਡਾ ਕੇਸ ਨਹੀਂ ਆ, ਤੁਸੀਂ ਨੌਰਥ ਜੋ ਜਾ ਕੇ ਆਓ ਜੀ। ਮੈਂ ਕਿਹਾ ਜੀ ਮੈਂ ਰਹਿੰਦਾ ਬ੍ਰਹਮਪੁਰ 'ਚ, ਮੈਂ ਤਾਂ ਕਦੀ ਉੱਧਰ ਗਿਆ ਹੀ ਨਹੀਂ, ਮੈਂ ਤਾਂ ਨਾਂ ਹੀ ਸੁਣਿਆ ਰਿਚਮੰਡ ਹਿੱਲ ਦਾ, ਹੁਣ ਕਦੀ ਨਾਂ ਹੀ ਨਹੀਂ ਸੁਣਿਆ। ਮੈਂ ਕਿਹਾ ਮੈਂ ਤਾਂ ਇੱਦਾਂ ਦਾ ਬੰਦਾ, ਮੇਰਾ ਰਿਕਾਰਡ ਇੱਦਾਂ ਵੀ ਸਵੇਰੇ ਕੰਮ ਤੇ ਜਾਣਾ ਸੀ, ਸ਼ਾਮੀ ਘਰ, ਬਸ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ, ਬਸ। ਤੁਸੀਂ ਮਤਲਬ ਬ੍ਰਹਮਪੁਰ ਤੋਂ ਬਾਹਰ ਨਿਕਲਦੇ ਨਹੀਂ? ਮੈਂ ਨਿਕਲਦਾ ਹੀ ਨਹੀਂ ਜੀ। ਅੱਛਾ, ਤੇ ਮੇਰੀ ਸ਼ੁਰੂ ਤੋਂ ਆ ਤੇ ਮੈਂ ਆਪਣੇ ਖਾਲਸਾ ਕਾਲਜ ਜਲੰਧਰ ਦਾ ਪੜਿਆ ਜੀ, ਉੱਥੋਂ ਵੀ ਮੇਰਾ ਇੱਦਾਂ ਸੀ, ਸਕੂਲ ਤੋਂ ਘਰ ਕਰੋ ਕਾਲਜ, ਕਦੀ ਮੈਂ ਬਾਹਰ ਨਹੀਂ ਸੀ, ਹੁਣ ਵੀ ਮੇਰਾ ਇਹੀ ਰਿਕਾਰਡ ਹੈ ਜੀ। ਓਕੇ, ਤੇ ਫਿਰ ਤੁਸੀਂ ਯੋਰਕ ਪੁਲਿਸ ਕੋਲ ਗਏ? ਫਿਰ ਉਸ ਤੋਂ ਬਾਅਦ ਮੈਂ ਯੋਰਕ ਪੁਲਿਸ ਕੋਲ, ਮੇਰੇ ਕੋਲ ਜਾ ਸਕਿਆ, ਉਹ ਕਾਫੀ ਦੂਰ ਸੀਗਾ, ਤੇ ਮੈਂ ਉਦਾਂ ਵੀ, ਮੈਂ ਕਿਹਾ ਮੈਨੂੰ ਸਾਰੇ ਕਹਿੰਦੇ ਤੂੰ ਇੱਦਾਂ ਕਰ, ਲੋਇਰ ਕਰ ਲੈ, ਤੈਨੂੰ ਲੋੜ ਨਹੀਂ। ਮੈਂ ਕਿਹਾ ਯਾਰ ਮੈਂ ਲੋਇਰ ਨੂੰ ਪੈਸੇ ਕਿੱਥੋਂ ਦੇਵਾਂ, ਅੱਗੇ ਤਨਖਾਹ ਮਿਲਦੀ, ਉਹ 'ਚ ਇੰਸਟਾਲਮੈਂਟ ਜਾਂਦੀ, ਬੜੀ ਮੁਸ਼ਕਿਲ ਹੈ। ਰੈਂਟ ਜਾਂਦਾ, ਰੈਂਟ ਇੰਨੇ ਵੱਧ ਗਏ, ਪੁੱਛਣ ਵਾਲੀ ਅੱਗੇ ਕਿੱਥੇ ਜਾਂਦਾ, 400 ਰੈਂਟ ਦਿੰਦੇ ਹੁੰਦੇ, 1500 ਰੈਂਟ ਦੇ ਗਈ ਆ ਜੀ। ਰੈਂਟ ਸਿੰਪਲ ਬੈਡਰੂਮ ਬੇਸਮੈਂਟ ਰੈਂਟ ਵੀ ਦੇਣਾ ਜੀ, ਉੱਪਰੋਂ ਗੱਡੀ ਦੀ ਇੰਸਟਾਲਮੈਂਟ, ਉੱਪਰੋਂ ਇੰਸ਼ੋਰੈਂਸ ਜੀ। ਬੜਾ ਮੁਸ਼ਕਿਲ ਹੋਇਆ ਪਿਆ ਜੀ, ਮਸਾਂ ਗੁਜ਼ਾਰਾ ਹੀ ਚੱਲਦਾ ਪਿਆ, ਕੁਛ ਨਹੀਂ। ਅੱਛਾ, ਚਲੋ ਪਹਿਲਾਂ ਕਹਾਣੀ ਆਪਣੀ ਦੱਸੋ, ਜਿਹੜਾ ਜੋ ਕੁਛ ਹੋਇਆ। ਉਹਦੇ ਬਾਅਦ ਫਿਰ ਮੈਂ ਉੱਥੇ ਰਿਚਮੰਡ ਹਿੱਲ ਕਾਲ ਕੀਤੀ, ਉਹ ਕਹਿੰਦੇ ਜੀ ਸਾਡਾ ਨਹੀਂ ਆ, ਆਪਣੇ ਤੁਸੀਂ ਉੱਥੇ ਪੁਲਿਸ ਵਾਲਿਆਂ ਨੂੰ ਰਿਚਮੰਡ ਹਿੱਲ ਕੀਤੀ, ਨੌਜਵਾਨ ਵਾਲਿਆਂ ਨੂੰ, ਕਹਿੰਦੇ ਸਾਡਾ ਨਹੀਂ, ਤੁਸੀਂ ਉੱਥੇ ਕਲੋ ਮਿਊਨਿਸਪਲ ਕਾਰਪੋਰੇਸ਼ਨ 'ਚ ਗੱਲ ਕਰੋ। ਤੁਸੀਂ ਰਿਚਮੰਡ ਹਿੱਲ 'ਚ, ਮਤਲਬ ਨੌਰਥ ਯਾਰਕ ਪੁਲਿਸ ਨੂੰ ਵੀ ਕਾਲ ਕੀਤੀ? ਪੁਲਿਸ ਨੂੰ ਵੀ ਮੈਂ ਕਾਲ ਕੀਤੀ। ਓਕੇ, ਅੱਛਾ। ਉਹਨਾਂ ਨੇ ਕੋਆਪਰੇਸ਼ਨ ਕੀਤਾ, ਉਹ ਕਹਿੰਦੇ ਪਤਾ ਲੱਗਾ ਵੀ ਲੂਇਸ ਹੈ, ਕੋਈ ਲੂਇਸ ਬੰਦਾ ਹੈ ਜਿਹਦੇ ਕੋਲ ਗੱਡੀ, ਤੁਸੀਂ ਉਹਨਾਂ ਨੂੰ ਪਲੇਟਾਂ ਲੈ ਕੇ ਦਿੱਤੀਆਂ। ਮੈਂ ਕਿਹਾ ਜੀ ਮੈਂ ਕਿਉਂ ਪਲੇਟਾਂ ਲੈ ਕੇ ਦੇਵਾਂਗਾ? ਮੈਂ ਕਿਹਾ ਮੈਂ ਪਲੇਟਾਂ ਕਿਉਂ ਲੈ ਕੇ ਦੇਵਾਂਗਾ ਉਹਨੂੰ? ਅੱਛਾ, ਤੇ ਫਿਰ ਇਹ ਹੈ ਵੀ ਚਲੋ ਉਹਨਾਂ ਨੇ ਕੋਆਪਰੇਸ਼ਨ ਤਾਂ ਕੀਤੀ, ਚਲੋ ਬੰਦਾ ਤਾਂ ਪਤਾ ਨੀ ਪੇਸ ਕੀਤਾ ਨੀ ਕਿਤਾ, ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ। ਲੇਕਿਨ ਹੁਣ ਅੱਜ ਮੈਂ ਉੱਥੇ ਜਾ ਰਿਹਾ ਆਪਣੇ ਸਰਵਿਸ ਇੰਟੈਰੀਓ MTO, ਤੇ ਉੱਥੇ
ਪਤਾ ਨੀ ਜੀ ਆ ਵਿੱਚੋਂ ਕੀ ਆ, ਰੱਬ ਜਾਣੇ ਕੀ ਆ ਕੀ ਨਹੀਂ। ਉਹ ਗੱਡੀ ਮੇਰੀ ਨੀ ਆ, ਗੱਡੀ ਸ਼ੈਵਲੇਟ ਆ ਪਤਾ ਲੱਗ ਗਿਆ, ਔਰ ਰਿਚਮੰਡ ਹਿੱਲ ਗੱਡੀ ਰਹਿੰਦੀ ਹੈ, ਔਰ ਬੈਂਸਨ ਐਵਨਿਊ ਚ ਉਹਦੇ ਚਲਾਨ ਹੋਏ ਜੀ, ਸੱਤ ਟਿਕਟਾਂ ਹੋਈਆਂ ਤੇ ਟਿਕਟ ਤੁਹਾਨੂੰ ਆਈ ਜਾ ਰਹੀ ਆ, ਤੇ ਟਿਕਟ ਦੇ ਉੱਤੇ ਜਿਹੜਾ ਐਡਰੈਸ ਹੈ ਸਾਰੀ ਉਹ ਸਾਰੀ ਤੁਹਾਡੀ ਤੁਹਾਡੀ ਇਨਫੋਰਮੇਸ਼ਨ ਮੇਰੀ ਹੈ ਜੀ, ਮੇਰੀ ਹੈ ਜੀ, ਹਾਂਜੀ ਮੇਰੀ ਹੈ ਜੀ। ਉਹੀ ਤਾਂ ਮੈਨੂੰ ਬੜਾ ਹੈਰਾਨ ਆ, ਮੈਂ ਕਿਹਾ ਕਿੱਦਾਂ ਕੀ ਹੈ ਕੀ ਹੈ ਨਹੀਂ, ਜਾਂ ਕਿ ਮੈਂ ਕਿਸੇ ਨਾਲ ਬੋਲਦਾ ਨਹੀਂ, ਕੋਈ ਮੇਰਾ ਫਰੈਂਡ ਨਹੀਂ ਹੈ ਜੀ, ਨਾ ਮੈਂ ਕਦੀ ਕਿਸੇ ਨੂੰ ਆਈਡੀ ਦਿੱਤੀ ਹੈ ਜੀ। ਸੋ ਬੇਸਿਕਲੀ ਤਾਂ ਕਿਸੇ ਨੇ ਤੁਹਾਡੀ ਆਈਡੈਂਟੀ ਜਾਂ ਤਾਂ ਚੋਰੀ ਕੀਤੀ ਹੈ ਤੇ ਜਾਂ ਕੋਈ ਫਿਰ ਤੁਹਾਨੂੰ ਮਤਲਬ ਹਾਲੇ ਤੱਕ ਤੁਸੀਂ ਪੁਲਿਸ ਨੂੰ ਨਾਲ ਗੱਲ ਕਰ ਚੁੱਕੇ ਹੋ, ਜਿਹੜੀ ਉੱਥੋਂ ਦੀ ਮਿਊਨਿਸਪੈਲਿਟੀ ਨਾਲ ਗੱਲ ਕਰ ਚੁੱਕੇ ਹੋ, ਤੇ ਸਰਵਿਸ ਇੰਟਾਇਰੀ ਨੂੰ ਵੀ ਤੁਸੀਂ ਮਿਲਿਓ ਪਹਿਲਾਂ? ਮਿਲਿਆ ਸਰ, ਜਾਏ ਆ, ਉਹਨਾਂ ਕੋਈ ਜਵਾਬ ਦਿੰਦੇ ਨਹੀਂ ਜੀ। ਮੈਂ ਕਿਹਾ ਤੁਸੀਂ ਆ ਕੈਂਸਲ ਕਰ ਦਿਓ ਪਲੇਟਾਂ, ਕੈਂਸਲ ਕਰਕੇ ਮੈਨੂੰ ਰਸੀਦ ਦਿਓ, ਕੁਛ ਨਹੀਂ ਜੀ, ਕੋਈ ਹੱਥ ਪੱਲਾ ਨਹੀਂ ਫੜਾਉਂਦੇ ਹੋਏ ਜੀ। ਅੱਛਾ, ਤਾਂ ਨਹੀਂ ਸਰਵਿਸ ਇੰਟਾਇਰੀ ਵਾਲੇ ਤੁਹਾਨੂੰ ਕੀ ਕਹਿੰਦੇ? ਉਹ ਕੁਛ ਨਹੀਂ ਜੀ, ਉਹ ਕਹਿੰਦੇ ਅਸੀਂ ਕਰ ਨਹੀਂ ਸਕਦੇ, ਪੁਲਿਸ ਕੋਲ ਜਾਓ ਜੀ। ਤੇ ਪੁਲਿਸ ਵਾਲੇ ਕਹਿੰਦੇ, ਪੁਲਿਸ ਵਾਲੇ ਕੀ ਕਹਿੰਦੇ ਨੇ ਫਿਰ? ਪੁਲਿਸ ਵਾਲੇ ਵੀ ਤਾਂ ਤੁਸੀਂ ਗੱਲ ਕੀਤੀ ਹੈ ਨਾ, ਪੁਲਿਸ ਨੇ ਵੀ ਕੀਤੀ ਹੈ ਜੀ। ਉਹ ਕਹਿੰਦੇ ਵੀ ਪਹਿਲਾਂ ਤਾਂ ਮੈਨੂੰ ਡਰੈਸ ਪੁੱਛਣ ਲੱਗੇ ਕਿੱਥੇ ਰਹਿੰਦਾ, ਮੈਂ ਕਿਹਾ ਮੈਂ ਇੱਥੇ ਰਹਿੰਦਾ, ਫੇਰ ਆਪਣੇ ਮੁੜ ਕੇ ਕਹਿੰਦੇ ਵੀ ਇੱਦਾਂ ਵੀ ਤੁਸੀਂ, ਮੈਂ ਕਿਹਾ ਮੇਰੀ ਗੱਡੀ ਹੈ ਨੀ, ਨਾ ਕਹਿੰਦਾ ਤੁਸੀਂ ਕਿਸੇ ਨੂੰ ਨੰਬਰ ਪਲੇਟਾਂ ਲੈ ਕੇ ਦਿੱਤੀਆਂ, ਪੁਲਿਸ ਵਾਲਾ ਕੱਲ ਕਹਿੰਦਾ, ਮੈਂ ਕਿਹਾ ਜੀ ਮੈਂ ਕਿਸੇ ਨੂੰ ਨੀ ਲੈ ਕੇ ਦਿੱਤੀਆਂ, ਮੈਂ ਕਿਉਂ ਲੈ ਕੇ ਦੇਵਾਂ ਕਿਸੇ ਨੂੰ ਪਲੇਟਾਂ? ਮੈਂ ਕਿਹਾ ਮੈਂ ਤਾਂ ਉੱਥੇ ਕਿਸੇ ਨੂੰ ਜਾਣਦਾ ਤਾਂ ਨਹੀਂ, ਉਹ ਕਹਿੰਦੇ ਫੇਰ, ਕਹਿੰਦੇ ਲੂਈਸ ਹੈਗਾ ਉੱਥੇ ਗੱਡੀ ਪਾਰਕ। ਮੈਂ ਫਿਰ ਮਿਊਨਿਸਪਲ ਵਾਲੇ ਨੂੰ ਵੀ ਕਿਹਾ, ਮੈਂ ਕਿਹਾ ਜੀ ਉੱਥੇ ਬੈਂਸਨ 'ਚ ਐਵਨਿਊ 'ਚ ਗੱਡੀ ਪਾਰਕ ਹੁੰਦੀ ਹੈ 1 to 7 ਤੱਕ ਰਾਤੀ, ਤਾਂ ਤੁਸੀਂ ਉਹਨੂੰ ਫੜ ਲਓ, ਸੀਜ਼ ਕਰੋ, ਮੈਂ ਕਿਹਾ ਪਤਾ ਲੱਗੇ। ਲੇਕਿਨ ਕੋਈ ਰਿਸਪੋਂਸ ਨਹੀਂ, ਅਜੇ ਵੀ ਮੈਂ ਇੰਨਾ 4 ਦਿਨ ਹੋ ਗਏ ਮੈਂ ਸੁੱਤਾ ਨਹੀਂ ਜੀ, ਸਿਰੇ ਇੱਕ ਟਾਈਮ ਰੋਟੀ ਖਾਣਾ ਉਹ ਵੀ ਬੜੀ ਮੁਸ਼ਕਿਲ ਨਾਲ, ਦਿਲ ਨਹੀਂ ਕਰਦਾ। ਜਿਹੜੀ ਹੁਣ ਤੁਹਾਡੇ ਕੋਲ ਗੱਡੀ ਹੈ, ਤੁਸੀਂ ਕਹਿ ਰਹੇ ਤੁਹਾਡੇ ਕੋਲ ਹੋਂਡਾ CR-V ਹੈ ਨਾ? ਹਾਂਜੀ ਹਾਂਜੀ। ਇਹ ਤੁਸੀਂ ਕਦੋਂ ਲਈ ਸੀ? ਮੈਂ ਸਰ 2022 ਚ ਲਈ ਸੀ, 19 ਨੂੰ ਆਟੋ ਪਲੈਨ ਤੋਂ ਜੀ। ਮਤਲਬ ਕਿਹੜੀ ਜਗ੍ਹਾ ਤੋਂ ਲਈ ਸੀ ਤੁਸੀਂ? ਹੈ ਸਰ ਆਟੋ ਪਲੈਨਟ, ਸਰ ਏਅਰਪੋਰਟ ਕੁਈਨ ਤੋਂ। ਅੱਛਾ, ਇੱਥੇ ਆਪਣੇ ਬ੍ਰੈਂਪਟਨ ਚ? ਹਾਂਜੀ ਬ੍ਰੈਂਪਟਨ ਜੀ। ਓਕੇ, ਕਿਉਂਕਿ ਕਈ ਵਾਰ ਡੀਲਰਸ਼ਿਪਾਂ ਕੋਲੋਂ ਵੀ ਜਿਹੜੀਆਂ ਤੁਹਾਡੀਆਂ ਆਈਡੀਜ਼ ਚੋਰੀ ਹੋਣ ਦੀਆਂ ਪਹਿਲਾਂ ਰਿਪੋਰਟਸ ਆ ਚੁੱਕੀਆਂ, ਇੱਦਾਂ ਇੱਕ ਲੋਨ ਵਗੈਰਾ ਤੁਹਾਡੇ ਨਾਂ ਦੇ ਉੱਤੇ, ਮਤਲਬ ਕਿਸੇ ਦਾ ਲੋਨ ਅਪਰੂਵ ਹੋ ਗਿਆ, ਇਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਪਹਿਲਾਂ ਸੁਣ ਚੁੱਕੇ ਹਾਂ। ਹਾਂਜੀ ਸਰ, ਉਹੀ ਤਾਂ ਮੈਂ ਬਹੁਤ ਹੈਰਾਨ ਹਾਂ, ਹੁਣ ਮੈਂ ਕਰਾਂ ਜੀ ਤਾਂ ਕੀ ਕਰਾਂ? ਉੱਧਰ ਸਰਵਿਸ ਇੰਟਾਇਰੀ ਵਾਲੇ ਵੀ ਹੱਥ ਨਹੀਂ ਫੜਾਉਂਦੇ, ਮੈਂ ਉਹਨਾਂ ਨੂੰ ਮੇਲ ਵੀ ਕੀਤੀ ਹੈ, ਈਵਨ ਮੈਂ ਹੁਣ ਅੱਜ ਫਿਰ ਜਾਊਂਗਾ ਜੀ, ਵੀ ਆਹ ਕੈਂਸਲ ਕਰਕੇ ਤਾਂ ਮੈਨੂੰ ਪਲੇਟਾਂ ਦਿੱਤੀ ਹੈ ਮੇਰਾ। ਤੁਸੀਂ ਆਪਣੀ ਡੀਲਰਸ਼ਿਪ ਵਾਲਿਆਂ ਨੂੰ ਵੀ ਪੁੱਛ ਲਓ ਮਾੜਾ ਜਿਹਾ, ਕੁਛ ਸ਼ਾਇਦ ਉੱਥੋਂ ਵੀ ਪਤਾ ਲੱਗ ਜਾਵੇ। ਪਰ ਬਾਕੀ ਚਲੋ ਅਸੀਂ ਕਰਦੇ ਹਾਂ, ਮੇ ਵੀ ਸਾਡੇ ਜਿਹੜੇ ਹੁਣ ਆਪਣੇ ਸੁਣਨ ਵਾਲੇ ਨੇ, ਕੋਈ ਕੋਈ ਹੋਰਾਂ ਨਾਲ ਵੀ ਹੋ ਸਕਦਾ ਹੈ, ਜਾਂ ਕੁਛ ਹੋਇਆ ਹੋਵੇ ਐਕਸਪੀਰੀਅੰਸ, ਸ਼ਾਇਦ ਕਿਸੇ ਪਾਸਿਓਂ ਤੁਹਾਨੂੰ ਹੈਲਪ ਮਿਲ ਜਾਵੇ ਤਾਂ ਸਾਨੂੰ ਕੋਈ ਇਸ਼ਾਰਾ ਮਿਲ ਜਾਵੇ। ਹਾਂਜੀ ਹਾਂਜੀ। ਤੇ ਬਾਕੀ ਸਰ ਇੰਸ਼ੋਰੈਂਸ ਵਾਸਤੇ ਕਾਫੀ ਮਹਿੰਗੀਆਂ ਇੰਸ਼ੋਰੈਂਸ ਆ, ਕਹਿੰਦੇ ਥੈਫਟ ਹੈ, ਮੈਂ ਤਾਂ ਕਹੇ ਇੰਸ਼ੋਰੈਂਸ ਦਾ ਥੈਫਟ ਦਾ ਕੈਂਸਲ ਹੀ ਕਰ ਦੋ ਲਾ, ਤੇ ਤੁਸੀਂ ਆਪਣੇ ਕਰੋ, ਕਿਉਂਕਿ ਥੈਫਟ ਵਿੱਚ ਤੁਹਾਨੂੰ ਪਤਾ ਹੀ ਹੈ ਸਾਰੇ ਕੌਣ ਕੌਣ ਰਲਿਆ ਸਾਰਾ ਪਤਾ ਹੈ, ਕਿਆ ਵੀ ਲੋੜ ਨਹੀਂ। ਚਲੋ ਆਪਾਂ ਉਸ ਪਾਸੇ ਨਾ ਜਾਈਏ, ਤੇ ਖੈਰ ਤੁਸੀਂ ਕਹਾਣੀ ਆਪਣੀ ਸੁਣਾ ਦਿੱਤੀ, ਮੇਰੇ ਕੋਲ ਹੁਣ ਕੁਝ ਮੈਸੇਜਸ ਆ ਰਹੇ ਨੇ, ਮੈਂ ਉਹ ਵੀ ਪੜਦਾ, ਤੇ ਆਪਾਂ ਇਹਨੂੰ ਹੋਰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਮੈਂ ਤੁਹਾਡੇ ਨਾਲ ਫਿਰ ਬਾਅਦ ਚ ਗੱਲ ਕਰੂੰਗਾ। ਥੈਂਕ ਯੂ ਪ੍ਰਤਪਾਲ ਜੀ। ਥੈਂਕ ਯੂ। ਅਸੀਂ ਹੁਣ ਇੱਕ ਕਹਾਣੀ ਸੁਣੀ ਹੈ ਪ੍ਰਤਪਾਲ ਸਿੰਘ ਬ੍ਰੈਂਪਟਨ ਦੇ, ਜਿਨ੍ਹਾਂ ਨੂੰ ਗੱਡੀ ਦੀਆਂ ਟਿਕਟਾਂ, ਮਤਲਬ ਗਲਤ ਜਿਹੜੀ ਪਾਰਕਿੰਗ ਦੀਆਂ ਟਿਕਟਸ ਮਿਲੀਆਂ, 7 tickets, ਅਤੇ ਜਿਸ ਗੱਡੀ 'ਤੇ ਉਹ ਟਿਕਟਸ ਮਿਲੀਆਂ ਉਹ ਕਹਿੰਦੇ ਨੇ ਉਹ ਮੈਂ ਤਾਂ ਗੱਡੀ ਹੈ ਹੀ ਨਹੀਂ ਮੇਰੀ, ਮੈਂ ਲਈ ਨਹੀਂ ਹੈ। ਅਤੇ ਜੋ ਕਹਾਣੀ ਇਹ ਲੱਗ ਰਹੀ ਹੈ ਕਿ ਕਿਸੇ ਹੋਰ ਨੇ ਉਹਨਾਂ ਦੀ ID ਦੇ ਉੱਤੇ, ਉਹਨਾਂ ਦੇ ਨਾਮ ਦੇ ਉੱਤੇ ਗੱਡੀ ਲਈ ਹੋਈ ਹੈ। ਹੁਣ ਵੈਸੇ ਇਹ ਕੋਈ ਕਹਾਣੀਆਂ ਪਹਿਲੀ ਵਾਰ ਨਹੀਂ ਅਸੀਂ ਸੁਣੀ, ਪਹਿਲਾਂ ਵੀ ਸੁਣ ਚੁੱਕੇ ਹਾਂ ਇਸ ਤਰ੍ਹਾਂ ਦੇ ਲੋਨ ਗੱਡੀਆਂ ਦੇ ਕਿਸੇ ਹੋਰ ਦੀਆਂ ID ਅਤੇ ਨਾਮ ਵਰਤ ਕੇ ਅਪਰੂਵ ਕੀਤੇ ਗਏ। ਮੇਰੇ ਕੋਲ ਪਹਿਲਾਂ ਵੀ ਇੱਕ ਨੌਜਵਾਨ 2 ਸਾਲ ਪਹਿਲਾਂ ਮਿਲਿਆ ਸੀ, ਉਹਦਾ ਵੀ ਇੱਦਾਂ ਹੀ ਕੰਪਲੀਕੇਟਡ ਕੇਸ ਸੀ, ਅਤੇ ਬੈਂਕ 'ਚ ਜਿਹੜਾ ਲੋਨ ਉਹਦੇ ਨਾਂ ਦੇ ਉੱਤੇ ਹੋਇਆ ਸੀ ਗੱਡੀ ਦਾ। ਅਤੇ ਇਹ ਹੁਣ ਦੂਸਰਾ ਇਸ ਤਰ੍ਹਾਂ ਦਾ ਕਿੱਸਾ, ਟਿਕਟਸ ਮਿਲੀਆਂ ਹੋਈਆਂ ਨੇ। ਸੋ ਇਹ ਜਿਹੜਾ ਅੰਦਰ ਖਾਤੇ, ਕਈਆਂ ਨੂੰ ਇਹ ਪਤਾ, ਕਈਆਂ ਨੂੰ ਹੋ ਸਕਦਾ ਪਤਾ ਵੀ ਨਾ ਹੋਏ। ਸੋ ਇਹ ਇੱਕ ਇਸ਼ੂ ਹੈ ਜਿਹਨੂੰ ਅਸੀਂ ਹਾਈਲਾਈਟ ਕਰਨ ਵਾਸਤੇ ਕਹਾਣੀ ਸੁਣੀ, ਤਾਂ ਕਿ ਕੁਛ ਹੋਰ ਇਨਫੋਰਮੇਸ਼ਨ ਵੀ ਇਹਦੀ ਆ ਸਕੇ। ਪ੍ਰਭ ਦਾ ਹੈ ਕਿ ਜੀ ਇਹ ਹੁੰਦਾ ਜਦੋਂ ਵੈਨ ਯੂ ਹੈਵ ਕ੍ਰੈਡਿਟ ਮਿਸਮੈਚ। ਅਤੇ ਜਸਵੀਰ ਕੌਰ, ਅਰਸ਼ ਬਰਾੜ, ਇਹਨਾਂ ਨੇ ਖੈਰ ਪੁਲਿਸ ਫੰਡਿੰਗ ਦੀ ਗੱਲ ਕੀਤੀ ਹੈ, ਅਤੇ ਵੀਰ ਕਰਨ ਦਾ ਮੈਸੇਜ ਵੀ ਹੋਰ ਹੈ ਵੀ ਪੁਲਿਸ ਵਾਲੇ ਇਸ਼ੂ ਦੇ ਉੱਤੇ ਇਹਨਾਂ ਦਾ। ਪ੍ਰਗਟ ਸਿੰਘ, ਇਹਨਾਂ ਨੇ ਇਹਦੇ ਬਾਰੇ ਲਿਖਿਆ ਕਿ ਮੇਰੇ ਇੱਕ ਫਰੈਂਡ ਦੀ ਕਾਰ ਦੀ ਲਾਇਸੈਂਸ ਪਲੇਟ ਕੋਈ ਹੋਰ ਯੂਜ਼ ਕਰ ਰਿਹਾ ਸੀ, ਸੇਮ ਕਾਰ ਵਿਦ ਸੇਮ ਕਲਰ ਸੇਮ ਨੰਬਰ। ਇਹ ਕਹਿੰਦੇ ਕਿਵੇਂ ਪੋਸੀਬਲ ਹੋ ਸਕਦਾ ਜੀ ਇਸੇ ਤਰ੍ਹਾਂ, ਜਿਵੇਂ ਹੁਣੇ ਆਪਾਂ ਕਹਾਣੀ ਸੁਣੀ ਹੈ। ਅਤੇ ਮਨਜਿੰਦਰ ਕੌਰ ਕਹਿੰਦੇ ਨੇ ਜੀ ਉਹਨਾਂ ਨੇ ਇੰਸ਼ੋਰੈਂਸ ਕਿੱਥੋਂ ਲਈ ਹੈ, ਅਤੇ ਇਹ ਸਾਰੀਆਂ ਚੀਜ਼ਾਂ ਹੁਣ ਥੋੜ੍ਹਾ ਜਿਹਾ ਤਹਿਕੀਕਾਤ 'ਚੋਂ ਚੀਜ਼ਾਂ ਨਿਕਲਣਗੀਆਂ ਵੀ ਗੜਬੜ ਹੋਈ ਕਿੱਥੇ ਹੈ, ਪਰ ਇਹ ਹੋ ਰਿਹਾ। ਅਤੇ ਇੱਕ ਤਾਂ ਐਂ ਨਹੀਂ ਕਿ ਕਿਤੇ ਗਲਤੀ ਨਾਲ, ਇੱਕ ਅੱਧੀ ਥਾਂ 'ਤੇ ਹੋ ਗਿਆ, ਇਹਦੇ ਕਾਫ਼ੀ ਕਿੱਸੇ ਸਾਹਮਣੇ ਆ ਰਹੇ ਆ।
ਜਿਵੇਂ ਗੁਰਿੰਦਰ ਮਾਨ ਕਹਿ ਰਹੇ ਨਾਲ ਕਹਿੰਦੇ ਨੇ ਮੇਰੇ ਨਾਲ ਵੀ ਹੋਇਆ ਸੀ, ਗੱਡੀ ਦੀ ਪਲੇਟ ਤੁਹਾਡੇ ਨਾਮ 'ਤੇ ਲੈ ਲੈਂਦੇ ਨੇ, ਇਸ ਤਰ੍ਹਾਂ ਹੋ ਜਾਂਦਾ। ਅਤੇ ਸਾਵੀ ਨਿੱਜਰ ਕਹਿੰਦੇ ਮੇ ਬੀ ਜੀ ਉਹਨਾਂ ਨੂੰ ਆਪਣੀ ਕ੍ਰੈਡਿਟ ਰਿਪੋਰਟ ਚੈੱਕ ਕਰਨੀ ਚਾਹੀਦੀ ਹੈ ਕਿ ਉਹਨਾਂ ਦਾ ਨਾਮ ਕਿਸੇ ਹੋਰ ਲੋਨ ਲਈ ਯੂਜ਼ ਕੀਤਾ ਗਿਆ ਜਾਂ ਨਹੀਂ। ਅਤੇ ਸੁਰੇਸ਼ ਕਹਿੰਦੇ ਨੇ ਜੀ ਮੇਰੇ ਨਾਲ ਵੀ ਇਸ ਤਰ੍ਹਾਂ ਹੋ ਚੁੱਕਿਆ। ਅਤੇ ਜੇ ਇੱਕੋ ਜਗ੍ਹਾ ਦੇ 7 ਟਿਕਟ ਮਿਲ ਗਈਆਂ ਤਾਂ ਕਹਿੰਦੇ ਨੇ ਇਹਦਾ ਮਤਲਬ ਉਹ ਬੰਦਾ ਡਿਲੀਵਰੀ ਡਰਾਈਵਰ ਹੈ। ਇੰਦਰਜੀਤ ਕਹਿੰਦੇ ਨੇ ਜੀ ਕਿ ਕੋਰਸਪੋਂਡੈਂਸ ਰਾਈਟਿੰਗ 'ਚ ਕਰੋ ਅਤੇ ਕਾਪੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਨੂੰ ਭੇਜਣੀ ਚਾਹੀਦੀ ਇਹਦੇ ਬਾਰੇ। ਅਤੇ ਰਿੰਦਰ ਕਹਿੰਦੇ ਨੇ ਕਿ ਜੇ ਸਰਵਿਸ ਓਨਟੈਰੀਓ ਕਹਿੰਦਾ ਹੈ ਕਿ ਉਹਦੀ ਕਾਰ ਹੈ ਤਾਂ ਉਹਨਾਂ ਨੂੰ ਕਾਰ ਥੈਫਟ ਦੀ ਰਿਪੋਰਟ ਫਾਈਲ ਕਰ ਦੇਣੀ ਚਾਹੀਦੀ। ਹੁਣ ਪਤਾ ਨਹੀਂ ਇਹ ਕਿੰਨੇ ਕੁ ਚੱਕਰ 'ਚ ਬੰਦਾ ਉਲ ਸਕਦਾ ਜੇ ਇੱਦਾਂ ਹੋ ਜਾਏ। ਹਾਲੇ ਇਹਦੀਆਂ ਫੁੱਲ ਪੂਰੀਆਂ ਇੰਪਲੀਕੇਸ਼ਨ ਵੀ ਆਪਾਂ ਨੂੰ ਨਹੀਂ ਪਤਾ ਕਿ ਕਾਨੂੰਨ ਫਿਰ ਕਿਵੇਂ ਇਹਨੂੰ ਇੰਟਰਪ੍ਰੇਟ ਕਰੂਗਾ, ਕਿਉਂਕਿ ਤੁਹਾਨੂੰ ਉੱਥੇ ਇਹ ਵੀ ਪ੍ਰੂਵ ਕਰਨਾ ਪੈਣਾ ਕਿ ਮੈਂ ਨਹੀਂ ਖਰੀਦੀ, ਇਹ ਤਾਂ ਫਰੋਡ ਹੋਇਆ। ਅਤੇ ਤੁਸੀਂ ਬੜਾ ਟੇਢਾ ਫਸ ਸਕਦੇ ਹੋ ਇਸ ਚੱਕਰ 'ਚ, ਬੜਾ ਇਹ ਸੀਰੀਅਸ ਪ੍ਰੋਬਲਮ ਹੈ, ਤਾਂ ਹੀ ਅਸੀਂ ਇਸ ਨੂੰ ਸਮਝਣਾ ਚਾਹੁੰਦੇ ਹਾਂ ਹੋਰ। ਅਤੇ ਨੀਤੂ ਦਾ ਮੈਸੇਜ ਹੈ ਅਤੇ ਮੁਹੰਮਦ ਅਹਿਮਦ, ਅਤੇ ਇਹਨਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਕ੍ਰੈਡਿਟ ਰਿਪੋਰਟ ਆਪਣੀ ਪੁੱਲ ਕਰਨੀ ਚਾਹੀਦੀ ਹੈ। ਅਤੇ ਪ੍ਰਦੀਪ ਗੁਰਪਾਲ ਇਹ ਕਹਿੰਦੇ ਜੀ ਸਰਵਿਸ ਓਨਟੈਰੀਓ ਜਾਓ ਅਤੇ ਕਿ ਇਹ ਪਲੇਟ ਉਹਨਾਂ ਦੀ ਲੋਸਟ ਜਾਂ ਡੈਮੇਜਡ ਹੈ ਅਤੇ ਇਹਦੇ ਨਾਲ ਉਹਨਾਂ ਦੀ ਲੀਗਲ ਓਬਲੀਗੇਸ਼ਨ ਓਵਰ ਹੋ ਜਾਂਦੀ ਹੈ ਅਤੇ ਜੇ ਪੁਲਿਸ ਉਸ ਕਾਰ ਨੂੰ ਰੋਕੇਗੀ ਤਾਂ ਉਹ ਅਰੈਸਟ ਹੋਏਗਾ। ਬਲਵੀਰ ਵੀ ਕਹਿੰਦੇ ਨੇ ਉਹਨੂੰ ਗੱਡੀ ਚੋਰੀ ਦੀ ਕੰਪਲੇਂਟ ਲਿਖਾਉਣੀ ਚਾਹੀਦੀ ਹੈ। ਅਤੇ ਰਵਿੰਦਰ ਧਾਲੀਵਾਲ ਕਹਿੰਦੇ ਨੇ ਜੀ ਇਹਨਾਂ ਨੇ ਵੀ ਇਹਦੇ ਬਾਰੇ ਕੁਛ ਕਮੈਂਟ ਕੀਤੇ ਨੇ। ਮਹਿੰਦਰ ਘੁੰਮਣ ਇਹਨਾਂ ਦੇ ਵੀ ਕੁਛ ਇਹਨਾਂ ਨੇ ਤਾਂ ਖੈਰ ਕਿਸੇ ਫੋਟੋ ਭੇਜੀ ਹੈ। ਅੱਛਾ ਜਿਹੜੀ ਲਾਇਸੈਂਸ ਜਿਹੜੀ ਇਹ ਆ ਰਹੀਆਂ ਨੇ ਸਪੈਸ਼ਲ, ਖੈਰ ਇਹ ਇੱਕ ਅਲੱਗ ਟੋਪਿਕ ਹੈ। ਸੋ ਇਹ ਇੱਕ ਇਸ਼ੂ ਹੈ ਜੀ ਜਿਹਦੇ ਬਾਰੇ ਜੇ ਕਿਸੇ ਕੋਲ ਹੋਰ ਇਨਫੋਰਮੇਸ਼ਨ ਹੋਈ ਤਾਂ ਤੁਸੀਂ ਸ਼ੋਅ ਤੋਂ ਬਾਅਦ ਵੀ ਸ਼ੇਅਰ ਕਰ ਸਕਦੇ ਹੋ। ਅਤੇ ਫਿਲਹਾਲ ਪ੍ਰਿਤਪਾਲ ਹੋਰੀ ਤਾਂ ਹਲੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਸਮਝ ਹੀ ਨਹੀਂ ਆਇਆ, ਯਕੀਨ ਹੀ ਨਹੀਂ ਆ ਰਿਹਾ ਕਿ ਇਸ ਤਰ੍ਹਾਂ ਵੀ ਹੋ ਸਕਦਾ। ਅਤੇ ਪਰ ਇਸ ਤਰ੍ਹਾਂ ਹੋ ਚੁੱਕਿਆ ਪਹਿਲਾਂ ਵੀ, ਕਿਸੇ ਦੇ ਨਾਂ ਦੇ ਉੱਤੇ ਲੋਨ ਅਪਰੂਵ ਹੋ ਚੁੱਕਿਆ ਕਿਸੇ, ਉੱਥੇ ਕਹਾਣੀ ਜੋ ਨਿਕਲੀ ਸੀ ਉਹ ਡੀਲਰਸ਼ਿਪ 'ਚੋਂ ਨਿਕਲੀ ਸੀ, ਜਿਸ ਡੀਲਰਸ਼ਿਪ ਤੋਂ ਉਹਨਾਂ ਦੀ ਗੱਡੀ ਦਾ ਲੋਨ ਅਪਰੂਵ, ਉਹਨਾਂ ਨੇ ਗੱਡੀ ਲਈ ਸੀ, ਉਹੀ ਇਨਫੋਰਮੇਸ਼ਨ ਯੂਜ਼ ਕਰਕੇ ਉਸ ਡੀਲਰਸ਼ਿਪ ਵਾਲਿਆਂ ਦੇ ਆਫਿਸ 'ਚੋਂ ਹੋਰ ਲੋਨ ਅਪਰੂਵ ਕੀਤੇ ਗਏ ਸੀ। ਅਤੇ ਇਸ ਤਰ੍ਹਾਂ ਦੀ ਇਹ ਕਹਾਣੀ ਵੀ ਹੋ ਸਕਦੀ ਹੈ। ਅਤੇ ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਆਪਣਾ ਵੀ, ਕਿਉਂਕਿ ਜਿਹੜਾ ਪਹਿਲਾਂ ਇੱਕ ਕਿੱਸਾ ਆਇਆ ਸੀ ਉਦੋਂ ਪਤਾ ਉਦੋਂ ਲੱਗਿਆ ਸੀ ਉਹਨਾਂ ਨੂੰ ਜਦੋਂ ਉਹਨਾਂ ਦੀ ਜਿਹੜਾ ਲੋਨ ਉਹਨਾਂ ਦੇ ਨਾਮ ਸੀ ਉਹਦੀ ਪੇਮੈਂਟ ਜਾਣੀ ਬੰਦ ਹੋ ਗਈ, ਮੰਥਲੀ ਪੇਮੈਂਟ, ਅਤੇ ਬੈਂਕ ਵਾਲਿਆਂ ਨੇ ਜਦੋਂ ਉਹਨਾਂ ਨੂੰ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ।